ਵਤਨ ਟੀਵੀ ਪ੍ਰੋਗਰਾਮ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਨਿੱਘੀ ਜੀ ਆਇਆਂ। ਸਮੇਂ ਸਮੇਂ 'ਤੇ ਅਸੀਂ ਦੇਸੋਂ ਆਏ ਕਲਾਕਾਰਾਂ ਦੇ ਨਾਲ, ਸਾਹਿਤਕਾਰਾਂ ਦੇ ਨਾਲ ਤੁਹਾਡਾ ਗੱਲਬਾਤ ਕਰਵਾਉਂਦੇ ਰਹਿੰਦੇ ਹਾਂ। ਅਤੇ ਵਤਨ ਟੀਵੀ ਪ੍ਰੋਗਰਾਮਾਂ ਦੇ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਵੀ ਤੁਸੀਂ ਦੋ ਵਾਰ ਰਾਜ ਬਰਾੜ ਹੁਣਾਂ ਦੀ ਇੰਟਰਵਿਊ ਦੇਖ ਚੁੱਕੇ ਹੋ, ਸੁਣ ਚੁੱਕੇ ਹੋ, ਅਤੇ ਅੱਜ ਫਿਰ ਸਾਡੇ ਧੰਨ ਭਾਗ ਨੇ ਕਿ ਸਾਡੇ ਦਰਮਿਆਨ ਰਾਜ ਬਰਾੜ ਹੁਣੀ, ਯਾਨੀ ਰਾਜ ਮਲਕਿਆਂ ਵਾਲੇ ਸਾਡੇ ਦਰਮਿਆਨ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਬਰਾੜ ਸਾਹਿਬ, ਸਭ ਤੋਂ ਪਹਿਲਾਂ ਤਾਂ ਵਤਨ ਟੀਵੀ ਪ੍ਰੋਗਰਾਮ ਦੇ ਵਿੱਚ ਨਿੱਘੀ ਜੀ ਆ। ਸਤਿ ਸ਼੍ਰੀ ਅਕਾਲ ਸੰਧੂ ਸਾਹਿਬ, ਤੁਹਾਨੂੰ ਵੀ ਅਤੇ ਵਤਨ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਸਤਿਕਾਰ ਸਹਿ ਸਤਿ ਸ਼੍ਰੀ ਅਕਾਲ। ਪਹਿਲੇ ਪ੍ਰੋਗਰਾਮਾਂ ਦੇ ਵਿੱਚ ਆਪਾਂ ਇੰਟਰਵਿਊ ਤੁਹਾਡੀ ਕਰ ਚੁੱਕੇ ਹਾਂ, ਉਸ ਵੇਲੇ ਸਮਾਂ ਕੁਝ ਹੋਰ ਸੀ। ਰਾਜ ਬਰਾੜ ਪਿਛਲੇ ਕੁਝ ਸਮੇਂ ਤੋਂ ਗੁਆਚ ਗਿਆ ਸੀ ਅਤੇ ਫਿਰ ਦੁਬਾਰਾ ਇੱਕ ਵਾਰ ਫਿਰ ਪੁਨਰ ਜਨਮ ਹੋਣ ਵਾਲੀ ਗੱਲ ਹੈ। ਕੀ ਕਹਿਣਾ ਚਾਹੁੰਦੇ ਹੋ, ਕੀ ਕਾਰਨ ਰਹੇ ਗੁਆਚ ਜਾਣ ਦੇ ਅਤੇ ਬਾਅਦ ਦੇ ਵਿੱਚ ਮੁੜ ਵਾਪਸ ਆਉਣ ਦੇ? ਜ਼ਿੰਦਗੀ ਜੀ ਆਪੇ ਜਿਉਣਾ ਸਿਖਾਉਂਦੀ ਆ। ਅਸੀਂ ਜ਼ਿੰਦਗੀ ਨੂੰ ਪਲੈਨ ਕਰਦੇ ਹਾਂ, ਸਾਡੇ ਹਿਸਾਬ ਨਾਲ ਜ਼ਿੰਦਗੀ ਨਹੀਂ ਚੱਲਦੀ, ਸਾਨੂੰ ਜ਼ਿੰਦਗੀ ਦੇ ਹਿਸਾਬ ਨਾਲ ਚੱਲਣਾ ਪੈਂਦਾ। ਉਹਦੇ ਵਿੱਚ ਮੇਰਾ ਹੁਣੇ ਇੱਕ ਗਾਣਾ ਰਿਲੀਜ਼ ਹੋਇਆ ਗੁਨਾਹਗਾਰ, ਜੋ ਮੇਰੀ ਲਾਈਫ ਸਟੋਰੀ 'ਤੇ ਆ, ਉਹ ਸਾਰੇ ਕਾਰਡ ਮੈਂ ਉਹਦੇ ਵਿੱਚ ਲੋਕਾਂ ਨਾਲ ਸ਼ੇਅਰ ਕੀਤੇ ਆ ਅਤੇ ਉਹੀ ਮੈਸੇਜ ਲੈ ਕੇ ਮੈਂ ਤੁਹਾਡੇ ਤੱਕ ਪਹੁੰਚਿਆ। ਮੈਨੂੰ ਪਹਿਲਾਂ ਇਹ ਲੱਗਦਾ ਸੀ ਕਿ ਮੇਰੀ ਲਾਈਫ ਸਟੋਰੀ ਨੂੰ ਕੋਈ ਡਰਾਮਾ ਨਾ ਸਮਝ ਲਵੇ, ਅਤੇ ਜਿਸ ਤਰ੍ਹਾਂ ਲੋਕਾਂ ਨੇ ਐਪਰੀਸ਼ੀਏਟ ਕੀਤਾ ਮੇਰੇ ਸੱਚ ਨੂੰ, ਅਤੇ ਮੈਂ ਚਾਹੁੰਦਾ ਉਹ ਸੱਚ ਕਿਸੇ ਦੀ ਜ਼ਿੰਦਗੀ ਦੇ, ਕਿਸੇ ਦੇ ਘਰ ਦੇ ਕੰਮ ਆ ਸਕੇ। ਅਤੇ ਮੈਂ ਸਭ ਤੋਂ ਪਹਿਲਾਂ ਗੁਨਾਹਗਾਰ ਤਾਂ ਮੈਂ ਆਪ ਹੀ ਹਾਂ ਕਿ ਮੈਂ ਇਹਨੂੰ ਕਮਜ਼ੋਰੀ ਬੰਨ ਦਿੱਤਾ, ਨਸ਼ੇ ਨੂੰ, ਸ਼ਰਾਬ ਨੂੰ। ਪਹਿਲਾਂ ਕਾਫੀ ਦੇਰ ਤੋਂ ਲੜਾਈ ਚੱਲ ਰਹੀ ਸੀ, ਛੱਡੀ, ਕਈ ਵਾਰ ਦੁਬਾਰਾ ਪੀਤੀ ਗਈ, ਫਿਰ ਛੱਡੀ, ਫਿਰ ਕਈ ਤਰ੍ਹਾਂ ਦੇ ਨੁਸਖੇ ਅਜਮਾਏ, ਡਾਕਟਰਾਂ ਨੇ, ਘਰਦਿਆਂ ਨੇ, ਸਾਰੀਆਂ ਕੋਸ਼ਿਸ਼ਾਂ ਕਰਕੇ ਦੇਖੀਆਂ। ਅਖੀਰ ਨੂੰ ਮੈਂ ਜਦੋਂ ਕਿਸੇ ਯਾਰ ਦੋਸਤ ਦੀ ਕਹੀ ਗੱਲ ਜਾਂ ਕਿਸੇ ਦੀ ਮੇਰੇ ਸਮਝ ਆਈ ਤਾਂ ਮੇਰੀ ਇੱਕ ਦੁੱਖ ਦੀ ਰਗ 'ਤੇ ਜਦ ਲੱਗੀ ਤਾਂ ਮੈਂ ਆਪਣੇ ਨੂੰ ਮੋੜਿਆ, ਅਤੇ ਕਿਉਂਕਿ ਜਦੋਂ ਮੈਨੂੰ ਇਸ ਟਾਈਮ ਯਾਰਾਂ ਦੋਸਤਾਂ ਨੇ ਚੱਕਿਆ ਮੇਰਿਆਂ ਨੇ, ਤਾਂ ਤਕਰੀਬਨ ਮੈਨੂੰ ਇਹੀ ਦੱਸਿਆ ਗਿਆ ਕਿ ਮੇਰੀ ਵੱਧ ਤੋਂ ਵੱਧ ਜੇ ਮੈਂ ਪਿਆ ਰਹਿੰਦਾ ਤਾਂ ਜ਼ਿੰਦਗੀ ਹਫ਼ਤੇ ਕਦੀ ਹੋਰ ਸੀ। ਅਤੇ ਉਹਦੇ 'ਚ ਸਭ ਤੋਂ ਪਹਿਲਾਂ ਕਿ ਮੈਂ ਜਦੋਂ ਨਸ਼ਾ ਸ਼ੁਰੂ ਕੀਤਾ ਉਹ ਸੀ, ਮੇਰੇ ਨੱਕ ਦੀ ਪ੍ਰੋਬਲਮ ਸੀ, ਮੈਨੂੰ ਸਾਈਨੈਸਾਈਟਸ ਦੀ ਪ੍ਰੋਬਲਮ ਸੀ, ਨੱਕ ਬੰਦ ਰਹਿੰਦਾ ਸੀ। ਹੌਲੀ ਹੌਲੀ ਉਸ ਤੋਂ ਬਾਅਦ ਥੋੜ੍ਹੀ ਥੋੜ੍ਹੀ ਕਰਕੇ ਆਦਤ ਵੱਧਦੀ ਗਈ, ਫਿਰ ਕਮਜ਼ੋਰੀ ਬਣ ਗਈ ਕਿ ਕੋਈ ਦੁੱਖ ਹੈ ਤਾਂ ਪੀ ਲਓ, ਜੇ ਖੁਸ਼ੀ ਹੈ ਤਾਂ ਪੀ ਲਓ। ਅਤੇ ਫਿਰ ਹੌਲੀ ਹੌਲੀ ਪੀਂਦੇ ਪੀਂਦੇ ਐਸੇ ਦਿਨ ਆ ਗਏ ਕਿ ਸ਼ਰਾਬ ਮੈਨੂੰ ਪੀਣ ਲੱਗ ਪਈ, ਅਤੇ ਮੈਂ ਸਾਰੀਆਂ ਕੰਮਾਂ ਦੀ, ਆਪਣੇ ਜ਼ਿੰਮੇਵਾਰੀਆਂ ਦੀ ਲਾਪਰਵਾਹੀ ਕੀਤੀ। ਤਾਂ ਹੁਣ ਮੈਂ ਆਪਣੇ ਆਪ ਨੂੰ ਕਾਫੀ ਦੇਰ ਤੋਂ ਭਰ ਕੇ ਆਪਦੀ ਲਾਈਫ ਸਟੋਰੀ, ਜਿਨ੍ਹਾਂ ਦੋਸਤਾਂ ਨੇ ਮੈਨੂੰ ਚੱਕਿਆ ਮੈਂ ਉਹਨਾਂ ਦਾ ਥੈਂਕਸ ਕੀਤਾ ਸੀ। ਉਹਨਾਂ ਨੇ ਜਦ ਮੈਨੂੰ ਕਿਹਾ ਯਾਰ ਥੈਂਕਸ ਨਾ ਕਰ, ਤੂੰ ਇਹੀ ਕੁਛ ਅੱਗੇ ਦੋ ਚਾਰ ਜ਼ਿੰਦਗੀਆਂ ਲਈ ਜੇ ਕਰ ਸਕਦਾ ਤੂੰ ਵੀ ਕੋਸ਼ਿਸ਼ ਕਰ। ਮੈਂ ਕਿਹਾ ਜੀ ਹੋਰ ਮੈਂ ਕਿਹੜੇ ਢੰਗ ਨਾਲ ਕੋਸ਼ਿਸ਼ ਕਰ ਸਕਦਾ, ਅਤੇ ਮੈਂ ਕਿਸੇ ਨੂੰ ਛੁਡਵਾ ਨਹੀਂ ਸਕਦਾ, ਮੈਂ ਆਪਦੀ ਕਹਾਣੀ, ਆਪਦੀ ਲਾਈਫ ਸਟੋਰੀ ਜੋ ਹੈ ਸੱਚ ਹੈ ਮੈਂ ਸਾਂਝਾ ਕਰਦਾ। ਅਗਰ ਕਿਸੇ 'ਤੇ ਇਹੀ ਦਿਨ ਬੀਤ ਰਹੇ ਆ ਤਾਂ ਉਹ ਕੰਟਰੋਲ ਕਰੂਗਾ ਜ਼ਰੂਰ, ਉਹਦੇ ਦਿਲ 'ਤੇ ਲੱਗੂਗੀ। ਤਾਂ ਮੈਂ ਚਾਹੁੰਦਾ ਘਰ ਘਰ 'ਚ ਇਹ ਮੈਸੇਜ ਪਹੁੰਚਣਾ ਚਾਹੀਦਾ। ਅਤੇ ਮੈਂ ਹੁਣ ਦੁਬਾਰਾ ਜਦੋਂ ਕੈਨੇਡਾ ਦੇ ਟੂਰ 'ਤੇ ਆਇਆ ਤਾਂ ਇੱਥੇ ਮੈਨੂੰ ਐਪਰੀਸ਼ੀਏਸ਼ਨ ਹੋਈ ਮੇਰੇ ਸੱਚ ਕਰਕੇ, ਜਾਂ ਲੋਕਾਂ ਦਾ ਜੋ ਪਿਆਰ ਮਿਲਿਆ ਮੈਨੂੰ ਤਾਂ ਇੱਕ ਢੰਗ ਨਾਲ ਕਹੀਏ ਕਿ ਸੇਵੇ ਦੀ ਰਾਖ ਦੇ ਵਿੱਚੋਂ ਚੱਕ ਕੇ ਖੜ੍ਹਾ ਕੀਤਾ ਹੋਇਆ ਬੰਦਾ ਮੈਂ, ਮੇਰੇ ਚਾਹੁਣ ਵਾਲਿਆਂ ਦੇ, ਮੇਰੇ ਦੋਸਤਾਂ ਦੇ ਸਦਕਾ। ਅਤੇ ਹੁਣ ਦੁਬਾਰਾ ਗੱਡੀ ਲਾਈਨ 'ਤੇ ਆਈ ਹੈ, ਅਤੇ ਮੈਂ ਚਾਹੁੰਦਾ ਉਸੇ ਢੰਗ ਨਾਲ ਜਿਸ ਢੰਗ ਨਾਲ ਮੈਨੂੰ ਲੋਕਾਂ ਨੇ ਬਣਾਇਆ, ਰਾਜੇ ਤੋਂ ਰਾਜ ਬਰਾੜ ਦਾ ਰੁਤਬਾ ਦਿੱਤਾ ਸੀ ਗੀਤਕਾਰ ਅਤੇ ਇੱਕ ਗਾਇਕ ਦਾ, ਮੈਂ ਉਸੇ ਤਰ੍ਹਾਂ ਨਾਲ ਸਟੇਜਾਂ 'ਤੇ ਲੋਕਾਂ ਦੇ ਰੂਬਰੂ ਹੋਵਾਂ, ਨੱਚਦਾ ਗਾਉਂਦਾ ਟੱਪਦਾ ਹੱਸਦਾ ਖੇਡਦਾ, ਅਤੇ ਸਾਰੇ ਪੰਜਾਬੀ ਇਸੇ ਤਰ੍ਹਾਂ ਕਰਨ ਨਾਲ ਮੇਰੇ ਹੱਸੇ ਖੇਡੇ ਵਿੱਚ ਸ਼ਾਮਿਲ ਹੋਣ, ਘਰ ਘਰ ਵਿੱਚ ਇਹ ਖੁਸ਼ੀਆਂ ਖੇਡੇ ਹੋਣ। ਬਰਾੜ ਸਾਹਿਬ, ਤੁਸੀਂ ਦੱਸੇ ਕਾਰਨ ਦੱਸੇ ਵੀ ਨੱਕ ਦੀ ਕੁਛ ਪ੍ਰੋਬਲਮ ਕਰਕੇ
ਖੁਸ਼ੀ ਹੋਈ ਤਾਂ ਪੀ ਲਈ, ਗਮੀ ਹੋਈ ਤਾਂ ਪੀ ਲਈ। ਇਹ ਨਸ਼ੇ ਦਾ ਤੁਹਾਡੇ ਜਿਹੜਾ ਕਰੀਅਰ ਆ ਤੁਹਾਡਾ, ਗਾਇਕੀ ਦਾ, ਗੀਤਕਾਰੀ ਦਾ, ਅਤੇ ਜਾਂ ਫਿਰ ਤੁਹਾਡੀ ਆਪਣੀ ਫੈਮਿਲੀ ਦੇ ਉੱਤੇ ਕੀ ਅਸਰ ਪਿਆ? ਬਹੁਤ ਬੁਰਾ ਅਸਰ ਪਿਆ ਜੀ, ਕਿਉਂਕਿ ਤੁਸੀਂ ਖੁਦ ਹੀ ਪਹਿਲਾਂ ਦੱਸਿਆ ਕਿ ਮੈਂ ਗਾਇਬ ਹੋ ਗਿਆ ਸੀ, ਕਿਉਂਕਿ ਮੈਨੂੰ ਕੋਈ ਹੱਸਦਾ ਚੰਗਾ ਨਹੀਂ ਸੀ ਲੱਗਦਾ ਨਸ਼ੇ ਤੋਂ ਬਿਨਾਂ। ਮੈਨੂੰ ਧੁੱਪ ਚੰਗੀ ਨਹੀਂ ਲੱਗਦੀ, ਮੈਂ ਅੰਦਰ ਵੜਿਆ ਰਹਿੰਦਾ ਸੀ, ਪਏ ਰਹਿਣਾ। ਜਦੋਂ ਕਦੇ ਡਾਕਟਰ ਗਏ, ਹੋਸ਼ ਆਈ, 5-7 ਦਿਨ ਹੋਸ਼ ਆਈ, ਉਹਨੇ ਦਿਨਾਂ 'ਚ ਕੁਛ ਗੀਤ ਲਿਖੇ, ਉਹ ਫਿਰ ਰਿਕਾਰਡ ਕੀਤੇ, ਫਿਰ ਮੇਰੇ ਚਾਹੁਣ ਵਾਲਿਆਂ ਨੇ ਫਿਰ ਉਹ ਗਾਣੇ ਪਸੰਦ ਕੀਤੇ, ਮੈਂ ਕੁਛ ਦਿਨ ਦੀ ਜ਼ਿੰਦਗੀ ਫਿਰ ਲੰਘ ਜਾਂਦੀ ਸੀ। ਇਸ ਤਰ੍ਹਾਂ ਕਰਦੇ ਕਰਦੇ ਪਰਿਵਾਰ 'ਤੇ ਤਾਂ ਅਸਰ ਹੋਇਆ ਹੀ, ਮੇਰਾ ਕੈਰੀਅਰ ਵੀ। ਜਦੋਂ ਮੈਂ ਹੁਣ ਹੋਸਪਿਟਲ ਤੋਂ ਆਇਆ, ਮੈਨੂੰ ਇੱਕ ਵਾਰ ਜ਼ਿੰਦਗੀ ਤੋਂ ਨਫ਼ਰਤ ਹੋ ਚੁੱਕੀ ਸੀ ਯਾਰ, ਕਿਉਂਕਿ ਇੰਨਾ ਦਿਮਾਗੀ ਬੋਝ ਹੋ ਗਿਆ ਯਾਰ, ਜੀ ਕੇ ਕੀ ਲੈਣਾ, ਇਹ ਹੋ ਗਿਆ ਸੀ। ਪਰ ਲੋਕਾਂ ਦੇ ਪਿਆਰ ਨੇ ਫਿਰ ਮੈਨੂੰ ਲੱਗਿਆ, ਜਦੋਂ ਮੈਂ ਟਰੱਕ 'ਤੇ ਕਿਸੇ 'ਤੇ ਲਿਖਿਆ ਹੋਸਪਿਟਲ ਤੋਂ ਆਇਆ, ਮੈਂ ਪੜ੍ਹਦਾ ਸੀ ਉੱਡੀ ਚੱਲ ਮੋਰਨੀ ਹੈ, ਪਿਆਰ ਦੇ ਬਦਲੇ ਪਿਆਰ, ਲੱਗਦਾ ਸੀ ਯਾਰ ਮੇਰੀਆਂ ਜ਼ਿੰਮੇਵਾਰੀਆਂ ਕੁਛ ਹੋਰ ਵੀ, ਇਕੱਲਾ ਆਪਣਾ ਪਰਿਵਾਰ ਨਹੀਂ ਹੈ, ਮੈਨੂੰ ਲੋਕਾਂ ਨੇ, ਮੈਂ ਪਬਲਿਕ ਪ੍ਰੋਪਰਟੀ ਹਾਂ, ਮੈਨੂੰ ਲੋਕਾਂ ਨੇ ਪਿਆਰ ਦੇ ਕੇ ਇੱਥੋਂ ਤੱਕ ਪਹੁੰਚਾਇਆ, ਤਾਂ ਮੈਂ ਉਹਨਾਂ ਜ਼ਿੰਮੇਵਾਰ ਬਾਰੇ ਵੀ ਸੋਚਾਂ ਜਿਨ੍ਹਾਂ ਨੇ ਮੈਨੂੰ ਬਚਾਇਆ, ਜਿਨ੍ਹਾਂ ਦੀ ਦੁਆਵਾਂ ਮੈਨੂੰ ਲੱਗੀਆਂ। ਅਤੇ ਫਿਰ ਹੁਣ ਮੇਰਾ ਇਹੀ ਸਾਂਝੇ ਕਰਨਾ ਹੈ ਅਤੇ ਮੈਸੇਜ ਘਰ ਘਰ ਪਹੁੰਚਾਉਣਾ ਹੈ, ਮੈਂ ਦੁਬਾਰਾ ਉਹਨਾਂ ਗਾਣਿਆਂ ਨਾਲ ਉਸੇ ਲਹਿਜੇ ਨਾਲ ਦੁਬਾਰਾ ਲੋਕਾਂ ਦੇ ਸਾਹਮਣੇ ਪੇਸ਼ ਹੋਊਂਗਾ, ਲੋਕਾਂ ਦੀਆਂ ਖੁਸ਼ੀਆਂ ਸ਼ਰੀਕ ਹੋਊਂਗਾ ਉਸੇ ਢੰਗ ਨਾਲ। ਡਾਕਟਰ ਸਾਹਿਬ, ਬਹੁਤ ਖੂਬ ਤੁਸੀਂ ਆਪਣੀ ਜ਼ਿੰਦਗੀ ਦਾ ਜਿਹੜਾ ਸੱਚ ਹੈ ਉਹ ਸਾਡੇ ਦਰਸ਼ਕਾਂ ਦੇ ਨਾਲ ਸਾਂਝਾ ਕਰ ਰਹੇ ਹੋ। ਪਹਿਲਾਂ ਯਾਨੀ ਜਿਵੇਂ ਮੈਂ ਦੱਸਿਆ ਕਿ ਗਾਇਬ ਹੋਣ ਤੋਂ ਪਹਿਲਾਂ ਤੁਹਾਡੀ ਬਹੁਤ ਵਧੀਆ ਜ਼ਿੰਦਗੀ ਸੀ, ਬਹੁਤ ਵਧੀਆ ਗੀਤ ਤੁਸਾਂ ਨੇ ਲਿਖੇ ਨੇ ਅਤੇ ਗਾਇਆ ਵੀ ਬਾਖੂਬੀ ਨੇ, ਇੱਕ ਫਿਲਮ ਵੀ ਤੁਸੀਂ ਬਣਾਈ, ਉਹ ਵੀ ਬਹੁਤ ਵਧੀਆ ਤੁਸੀਂ ਆਪਣੇ ਵੱਲੋਂ ਕੋਸ਼ਿਸ਼ ਕੀਤੀ, ਅਤੇ ਬਾਅਦ ਦੇ ਵਿੱਚ ਹੁਣ ਤੁਸੀਂ ਦੁਬਾਰਾ ਜਿਵੇਂ ਮੈਂ ਕਿਹਾ ਵੀ ਪੁਨਰ ਜਨਮ ਹੋਣ ਵਾਲੀ ਗੱਲ ਹੈ, ਅਤੇ ਹੋਰ ਜਿਹੜੇ ਗੀਤ ਜਿਹੜਾ ਇੰਨਾ ਵਧੀਆ ਪੂਰੀ ਦੁਨੀਆ ਦੇ ਵਿੱਚ ਚੱਲ ਰਿਹਾ ਅਤੇ ਲੋਕ ਪਸੰਦ ਕਰ ਰਹੇ ਨੇ, ਗੁਨਾਹਗਾਰ ਨਸ਼ੇ ਦੇ ਵਿਰੋਧ ਦੇ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ, ਇਹ ਕਿੱਦਾਂ ਸਟੈਪ ਬਾਏ ਸਟੈਪ ਤੁਹਾਡੇ ਦਿਮਾਗ ਦੇ ਵਿੱਚ ਹੈ? ਸਟੈਪ ਬਾਏ ਸਟੈਪ ਜਿੱਦੇ ਇਹ ਗੀਤ ਲਿਖਿਆ ਗਿਆ ਕਿ ਉਦੇ ਮੈਂ ਜੋ ਵੀਡੀਓ ਦੇ ਵਿੱਚ ਦਿਖਾਇਆ ਘਰੇ, ਕਿਉਂਕਿ ਮੈਂ ਸਾਰਾ ਮਾਹੌਲ ਦੇਖਿਆ ਕਿ ਜਦੋਂ ਸ਼ਾਮ ਹੋ ਗਈ, ਮੈਂ ਤਾਂ ਵੈਸੇ ਦਿਨ ਰਾਤ ਦਾ ਕੰਮ ਚੱਲ ਪਿਆ ਸੀ ਮੇਰਾ ਤਾਂ, ਪਰ ਫਿਰ ਵੀ ਸ਼ਾਮ ਨੂੰ ਬੱਚਿਆਂ ਨੇ ਦੇਖਣਾ, ਘਰ ਆ ਗਏ, ਹੁਣ ਬੋਤਲਾਂ ਲਗੋ ਜਾਂ ਬੋਤਲ 'ਚ ਪਾਣੀ ਪਾ ਦਿਓ, ਸਾਰ ਤਰ੍ਹਾਂ ਦੀ ਕੋਸ਼ਿਸ਼ ਕੀਤੀ। ਇੱਕ ਦਿਨ ਮੈਂ ਰਾਤ ਨੂੰ ਘਰੋਂ ਨਿਕਲਿਆ ਅਤੇ ਚਲੋ ਥੋੜ੍ਹਾ ਬਹੁਤ, ਮੈਂ ਬਹੁਤਾ ਲੜਾਈ ਝਗੜਾ ਨਹੀਂ ਕੀਤਾ, ਮਾਰਕੁੱਟ ਦਾ ਮੇਰਾ ਸੁਭਾਅ ਨਹੀਂ ਆ, ਹੱਸ ਖੇਡ ਕੇ ਜਾਂ ਸਿਰਫ ਸੌਣ ਤੱਕ ਸੀਮਤ ਸੀ। ਪਰ ਜਦੋਂ ਮੈਨੂੰ ਸੁਭਾਅ ਹੋਸ਼ ਆਈ, ਮੈਂ ਬਾਹਰ ਕਿਤੇ ਹੋਰ ਕਿਤੇ ਸੁੱਤਾ ਹੋਇਆ ਸੀ ਗਰਾਊਂਡ 'ਚ ਪਾਰਕ ਦੇ ਵਿੱਚ, ਤਾਂ ਮੈਨੂੰ ਇੱਕਦਮ ਜਦੋਂ ਨਸ਼ਾ ਉਤਰਿਆ, ਜੋ ਮੈਂ ਵੀਡੀਓ 'ਚ ਕਿਹਾ ਕਿ ਆਲੇ ਦੁਆਲੇ ਦੇ ਵਿੱਚ ਮੈਂ ਆਪਣੇ ਆਪ ਨੂੰ ਗੁਨਾਹਗਾਰ ਦੇ ਤੌਰ 'ਤੇ ਦੇਖਿਆ ਕਿ ਬੱਚੇ ਜਾਗ ਪਏ ਹੋਣਗੇ, ਵਾਈਫ ਵੀ ਜਾਗ ਪਈ ਹੋਊਗੀ, ਹੁਣ ਘਰ ਕਿਵੇਂ ਜਾਵਾਂ, ਉਹਨਾਂ ਦੇ ਮੱਥੇ ਕਿਵੇਂ ਲੱਗਾਂ। ਫਿਰ ਮੈਂ ਉਹੀ ਚੀਜ਼ ਨੂੰ ਲਿਖਣਾ ਸ਼ੁਰੂ ਕੀਤਾ ਕਿ ਮੈਂ ਆਪਦੀ ਗੁਨਾਹ ਨੂੰ ਸਵੀਕਾਰ ਹੀ ਕਰ ਲਾਂ ਅਤੇ ਅੱਜ ਉਹਨਾਂ ਸਾਹਮਣੇ ਸਰੈਂਡਰ ਕਰਦਿਆਂ ਆਪਣੇ ਉਹਨਾਂ ਬੁਰੀਆਂ ਆਦਤਾਂ ਦਾ, ਕਿ ਉਸ ਦਿਨ ਤੋਂ ਲੈ ਕੇ ਅੱਜ ਤੱਕ ਬੱਚੇ ਮੇਰੇ ਕਾਫੀ ਖੁਸ਼ ਨੇ ਔਰ ਮੇਰੇ ਚਾਹੁਣ ਵਾਲੇ ਮੈਨੂੰ ਇੱਥੇ ਪਿਆਰ ਦੇ ਰਹੇ, ਮੈਂ ਜਿੱਥੇ ਵੀ ਜਾਣਾ ਤਾਂ ਉਹ ਮੈਨੂੰ ਹੋਰ ਪੱਕਾ ਕਰ ਰਹੇ ਇਸ ਵਾਸਤੇ, ਅਤੇ ਮੈਂ ਆਪਣੇ ਵੱਲੋਂ ਇਸ ਮੈਸੇਜ ਨੂੰ ਹੋਰ ਲੋਕਾਂ ਤੱਕ ਪਹੁੰਚਾਉਣ ਲਈ ਪੱਕਾ ਕਰ ਰਹੇ ਕਿ ਕਿਸੇ ਨੂੰ ਡਰਾਮਾ ਨਾ ਲੱਗੇ। ਬਹੁਤ ਵੱਡਾ ਸੱਚ ਹੈ ਜੀ, ਨਸ਼ਾ ਸਭ ਤੋਂ ਵਧੀਆ ਉਹ ਹੈ ਜਿਹੜਾ ਤੁਸੀਂ ਟੱਚ ਕਰਕੇ ਨਹੀਂ ਦੇਖਿਆ, ਜਾਂ ਕੰਮ ਦਾ, ਜਾਂ ਪਿਆਰ ਦਾ, ਜਾਂ ਕਾਮਯਾਬੀ ਦਾ ਨਸ਼ਾ ਬਹੁਤ ਸੀ। ਬੁਰਾ ਵਕਤ ਹੈ ਜਿਹਨੂੰ ਬੁਰੇ ਟਾਈਮ 'ਤੇ ਵਕਤ ਐਸਾ ਲਾਂਤ ਲੱਗਦੀ ਹੈ, ਮੈਂ ਬਹੁਤ ਦੇਰ ਹੰਢਾ ਲਈ ਹੈ ਅਤੇ ਮੈਂ ਹੁਣ ਉਸ ਚੀਜ਼ ਨੂੰ ਲੋਕਾਂ 'ਚ ਤੁਰ ਫਿਰ ਕੇ ਆਪਣੇ ਆਪ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਹੈ, ਅਤੇ ਲੋਕਾਂ ਨੇ ਮੈਨੂੰ ਲੱਭਣ ਦੇ ਵਿੱਚ ਮੇਰਾ ਸਾਥ ਦਿੱਤਾ ਹੈ, ਅਤੇ ਮੈਂ ਦੁਬਾਰਾ ਲੱਭ ਲਿਆ ਆਪਣੇ ਆਪ ਨੂੰ ਕਿ ਮੈਂ ਕੌਣ ਸੀ, ਮੈਂ ਗਾਉਂਦਾ ਸੀ, ਮੈਂ ਲਿਖਦਾ ਸੀ, ਅੱਜ ਸਟੇਜਾਂ 'ਤੇ ਫਿਰ ਖੜ੍ਹਾ। ਅਤੇ ਪਰਿਵਾਰ 'ਤੇ ਜੋ ਅਸਰ ਹੋਇਆ ਉਹ ਮੇਰੀ ਜ਼ਿੰਮੇਵਾਰੀ ਹੈ ਔਰ ਹਰ ਬੰਦੇ ਦੀ ਜ਼ਿੰਮੇਵਾਰੀ ਬਣਦੀ ਹੈ
ਕਿ ਮੈਂ ਚਾਹੁੰਦਾ ਆਪਣੇ ਜਿਹੜੇ ਘਰ ਵੀ ਜਿਹਦੇ ਯਾਰ ਦੋਸਤ ਮਿੱਤਰ ਪਰਿਵਾਰ ਦੇ ਵਿੱਚ ਕੋਈ ਐਸਾ ਮੇਰੇ ਵਰਗਾ ਸ਼ਰਾਬੀ ਖੱਲ ਖੂੰਜੇ 'ਚ ਪਿਆ ਜਿਹਨੂੰ ਕੋਈ ਚੰਗਾ ਨਹੀਂ ਲੱਗਦਾ, ਉਹਨੂੰ ਜ਼ਬਰਦਸਤੀ ਵੀਡੀਓ ਨਾ ਦਿਖਾਇਆ ਜਾਵੇ, ਜ਼ਬਰਦਸਤੀ ਗਾਣਾ ਸੁਣਾਇਆ ਜਾਵੇ, ਸੁਭਾਵਿਕ ਤੌਰ 'ਤੇ ਉਹਦੇ ਸਾਹਮਣੇ ਇੱਕ ਸੱਚ ਰੱਖਿਆ ਜਾਵੇ ਮੇਰੀ ਜ਼ਿੰਦਗੀ ਦਾ, ਸ਼ਾਇਦ ਉਹਨੂੰ ਆਪਦੇ ਕਿਸੇ ਦੁੱਖ ਦੀ ਰਗ 'ਤੇ ਆਪਦੀ ਕਹਾਣੀ ਮੇਰੀ ਕਹਾਣੀ ਨਾਲ ਢੁੱਕਦੀ ਲੱਗੇ ਤਾਂ ਸ਼ਾਇਦ ਉਹ 'ਤੇ ਅਸਰ ਹੋ ਜਾਵੇ, ਤਾਂ ਮੈਂ ਆਪਣੇ ਆਪ ਨੂੰ ਕਾਮਯਾਬ ਸਮਝੂੰਗਾ ਇਸ ਕੋਸ਼ਿਸ਼ ਨੂੰ ਜਿਹੜੀ ਮੇਰੇ ਦੋਸਤਾਂ ਨੇ ਮੇਰੀ ਡਿਊਟੀ ਲਾਈ। ਇਹ ਗੀਤ ਤੁਹਾਡਾ ਪੂਰੀ ਦੁਨੀਆਂ ਦੇ ਵਿੱਚ ਚਰਚਿਤ ਹੋ ਰਿਹਾ, ਸਿਰਫ ਇਸ ਕਰਕੇ ਨਹੀਂ ਕਿ ਤੁਸੀਂ ਮਤਲਬ ਆਪਣੇ ਦਿਲ ਦੀ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਹੈ, ਵਾਕਿਆ ਹੀ ਤੁਸੀਂ ਆਪਣੇ ਦਿਲ ਦੀ ਗੱਲ ਕਹਿਣ ਦੀ ਕੋਸ਼ਿਸ਼ ਇਹਦੇ ਵਿੱਚ ਕੀਤੀ ਹੈ ਅਤੇ ਇਹ ਸੁਨੇਹਾ ਘਰ ਘਰ ਦੇ ਵਿੱਚ ਜਾ ਵੀ ਰਿਹਾ। ਇਸ ਗੀਤ ਦੀ ਜਿਹੜੀ ਸ਼ੁਰੂਆਤ ਹੈ ਤੁਸੀਂ ਬਹੁਤ ਹੀ ਬਾਖੂਬੀ ਕੀਤੀ ਹੈ, ਮੈਂ ਚਾਹੁੰਦਾ ਉਹਦੀਆਂ ਚੰਦ ਲਾਈਨਾਂ ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝੀਆਂ ਕਰੋ। ਮੈਂ ਵੀ ਅਵੱਲਾ ਮੇਰੇ ਕੰਮ ਵੀ ਅਵੱਲੇ ਨੇ, ਕੀ ਨੀ ਮਾੜਾ ਕੀਤਾ ਤੁਹਾਡੇ ਨਾਲ ਇਸ ਚੱਲੇ ਨੇ, ਮਾਂ ਪਿਓ ਭੈਣ ਪਾਈ ਮਾਂ ਪਿਓ ਭੈਣ ਪਾਈ ਸਭ ਯਾਰਾਂ ਤੋਂ ਸਰਾਪੇ ਨੇ, ਆਲੋ ਪੁੱਤ ਛੱਡਤੀ ਸ਼ਰਾਬ ਤੁਹਾਡੇ ਪਾਪੇ 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 ਨੇ, ਸ਼ਰਾਬ ਤੁਹਾਡੇ ਪਾਪੇ ਨੇ, ਸ਼ਰਾਬ ਤੁਹਾਡੇ ਪਾਪੇ ਨੇ। ਮੈਂ ਬੱਚਿਆਂ ਨੂੰ ਸੰਬੋਧਨ ਕਰਕੇ ਗਿਆ ਯਾਰਾਂ ਦੋਸਤਾਂ ਨੂੰ, ਸੋ ਇੱਕ ਮੈਂ ਹੋਰ ਹਾਸਾ ਸਾਂਝਾ ਕਰੂੰਗਾ। ਮੈਂ ਵੇਲੇ ਵੇਲੇ ਉਹ 'ਚ ਵਾਅਦਾ ਵੀ ਕੀਤਾ ਕਿ ਜੋ 3 ਮਿੰਟ ਦੇ ਗਾਣੇ 'ਚ ਮੈਂ ਆਪਦੀ ਪੂਰੀ ਜ਼ਿੰਦਗੀ ਤਾਂ ਨਹੀਂ ਸਮੇਟ ਸਕਦਾ ਸੀ। ਮੈਂ ਇੱਕ ਵਾਰ ਸੁਬਹਾ ਉੱਠਿਆ 5-5:30 ਜਦੋਂ ਠੇਕੇ ਨਹੀਂ ਖੁੱਲ੍ਹੇ ਹੁੰਦੇ, ਮੈਂ ਠੇਕਾ ਖੜਕਾਇਆ, ਅੰਦਰੋਂ ਆਵਾਜ਼ ਕੌਣ ਹੈ? ਮੈਂ ਉਹਨੂੰ ਕਿਹਾ ਯਾਰ ਸ਼ਰਾਬੀਆਂ ਹੋਰ ਕੀ ਆ? ਕਹਿੰਦਾ ਕੀ ਚਾਹੀਦਾ? ਮੈਂ ਕਿਹਾ ਬੋਤਲ ਚਾਹੀਦੀ ਆ। ਉਹਨੇ ਨਾ ਮੰਨਿਆ, ਆਦੀ ਉਹਨੇ ਮੂੰਹ 'ਤੇ ਕੱਪੜਾ ਲਿਆ ਦੇਖਿਆ ਨਹੀਂ ਉਹਨੇ। ਜਦੋਂ ਉਹਨੇ ਕਿਹਾ ਅੰਦਰੋਂ ਆਵਾਜ਼ ਆਈ, ਕਹਿੰਦਾ ਤੁਰਦਾ ਕਿ ਜਮ ਲਾਵਾਂ ਜੁੱਤੀ। ਫਿਰ ਮੈਨੂੰ ਆਪਣੇ ਪਤੇ ਸ਼ਰਮ ਆਈ ਕਿ ਯਾਰ ਮੈਂ ਤਾਂ ਇੱਕ ਨਸ਼ੇਬਾਜ਼ ਹਾਂ, ਮੇਰੀ ਤਾਂ ਕੋਈ ਫਰਕ ਨਹੀਂ ਪੈਂਦਾ, ਇਹ ਲੋਕਾਂ ਦੇ ਰਾਜਬਰਾੜ ਦੀ ਬੇਇੱਜ਼ਤੀ ਕਿਉਂ ਕਰਾਉਣ ਲੱਗਿਆ? ਫਿਰ ਮੈਂ ਭੱਜ ਲਿਆ ਉੱਥੋਂ, ਫਿਰ ਘੰਟਾ ਵੇਟ ਕਰਕੇ ਚੱਲਿਆ ਤਾਂ ਉਹੀ ਕੁਛ। ਯਾਨੀ ਕਿ ਮੈਨੂੰ ਵਾਰ ਵਾਰ ਕਈ ਗੱਲਾਂ ਜਿਹੜੀਆਂ ਇਕੱਠੀਆਂ ਹੋਈਆਂ ਜਮ੍ਹਾਂ ਹੋਈਆਂ ਮੇਰੇ 'ਚ, ਵਾਰ ਵਾਰ ਟੱਚ ਕਰਦੇ ਸੀ ਮੈਟ ਨੂੰ, ਆਹ ਕਿਉਂ ਕੀਤਾ, ਮੈਂ ਆਹ ਕਿਉਂ ਕੀਤਾ, ਉਹ ਇਕੱਠੀਆਂ ਹੋ ਕੇ ਫਿਰ ਮੈਂ ਗਾਣੇ 'ਚ ਸੱਚ ਨੂੰ ਲੋਕ ਸਾਹਮਣੇ ਕੀਤਾ। ਕਈ ਬੰਦੇ ਨਹੀਂ ਕਰਦੇ, ਹੋਈਆਂ ਸਾਰਿਆਂ ਨੂੰ ਹੋਣਗੇ, ਯਾਦ ਕਰਨਗੇ ਕਦੇ ਨਾ ਕਦੇ, ਜਦੋਂ ਨਸ਼ਾ ਹੱਦ ਤੋਂ ਵੱਧ ਵੱਧ ਜਾਂਦਾ ਤਾਂ ਐਸਾ ਕੁਛ ਹੀ ਹੁੰਦਾ। ਨਰਾਜ ਸਾਹਿਬ, ਬਾਖੂਬੀ ਤੁਸੀਂ ਕਿਹਾ ਕਿ ਇੰਨੀਆਂ ਜਿਹੜੀਆਂ ਤੁਹਾਡੇ ਨਾਲ ਕਹਾਣੀਆਂ ਵਾਪਰੀਆਂ ਉਹਨਾਂ ਨੂੰ ਤੁਸੀਂ 3 ਮਿੰਟ ਦੇ ਵੀਡੀਓ ਦੇ ਵਿੱਚ ਜਾਂ 3 ਮਿੰਟ ਦੇ ਗੀਤ ਦੇ ਵਿੱਚ ਕਹਿ ਨਹੀਂ ਸੀ ਸਕਦੇ। ਸਾਡੀ ਇਹ ਕੋਸ਼ਿਸ਼ ਹੋਊਗੀ ਜਾਂ ਤੁਹਾਡੇ ਅੱਗੇ ਇਹ ਬੇਨਤੀ ਹੋਊਗੀ ਕਿ ਇੱਦਾਂ ਦਾ ਹੀ ਆਪਣੀਆਂ ਬੀਤੀਆਂ ਕਹਾਣੀਆਂ ਦੇ ਵਿੱਚੋਂ ਲੱਭ ਕੇ ਹੋਰ ਇੱਦਾਂ ਦਾ ਕੋਈ ਗੀਤ ਸਾਡੇ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝਾ ਕਰਿਓ, ਜ਼ਰੂਰ ਲੈ ਕੇ ਆਇਓ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਬਿਲਕੁਲ ਜੀ, ਜਿਹੜੇ ਦੋਸਤਾਂ ਦਾ ਮੈਂ ਧੰਨਵਾਦ ਕੀਤਾ, ਉਹਨਾਂ ਨੇ ਮੇਰੀ ਡਿਊਟੀ ਲਈ ਹੈ ਇਸ ਕੰਮ ਦੀ, ਅਤੇ ਮੈਨੂੰ ਲੱਗਦਾ ਮੈਂ ਪਹਿਲਾ ਸਟੈਪ ਜਿਹੜਾ ਲਿਆ ਉਹ 'ਤੇ ਮੈਂ ਆਪਦੇ ਦੋਸਤਾਂ ਦੀ ਆਸਤੇ ਖਰਾ ਉਤਰਿਆ। ਮੈਂ ਟੋਰਾਂਟੋ ਦੇ ਵਿੱਚ ਜਦੋਂ ਪਰਫੋਰਮ ਕਰ ਰਿਹਾ ਸੀ, ਕੁਝ ਦੋਸਤਾਂ ਨੇ ਮੇਰੀ ਬੜੀ ਮਦਦ ਕੀਤੀ ਹਰ ਕੰਮ ਦੇ ਵਿੱਚ, ਫਿਲਮ ਦੇ ਵਿੱਚ ਹੀ ਮੈਨੂੰ ਮੋਰਲ ਸਪੋਰਟ ਵੀ ਦਿੱਤੀ। ਜਦੋਂ ਪਰਫੋਰਮ ਕਰ ਰਿਹਾ ਸੀ ਮੈਂ ਇਹ ਨਹੀਂ ਦੇਖ ਰਿਹਾ ਸੀ ਕਿ ਮੈਂ ਕਿੰਨੇ ਕੋਈ ਇੱਥੇ ਪੈਸੇ ਕਮਾਉਣ ਲਿਆ ਜਾਂ ਕੀ ਕਰ ਰਿਹਾ, ਮੈਂ ਸਾਹਮਣੇ ਮੱਥੇ ਲੱਗਣ ਆਇਆ ਸੀ ਕਿ ਹੁਣ ਮੈਂ ਠੀਕ ਹੈ। ਜਿਹੜੇ ਦੋਸਤ ਮੇਰੇ ਬੈਕ 'ਤੇ ਖੜ੍ਹੇ ਸੀ ਮੈਂ ਸਿਰਫ ਉਹਨਾਂ ਦੇ ਫੇਸ ਦੇਖ ਕੇ, ਕਿ ਮੈਨੂੰ ਇਸ ਢੰਗ ਨਾਲ ਦੇਖ ਕੇ ਬੜੇ ਖੁਸ਼ ਸੀਗੇ,
ਤੇ ਮੈਨੂੰ ਲੱਗਦਾ ਮੈਨੂੰ ਆਸ ਤੇ ਖਰਾ ਉਤਰਦਾ ਜਾਊਂਗਾ। ਮੈਂ ਪੰਜਾਬੀ ਕਮਿਊਨਿਟੀ ਲਈ ਨੱਚਣ ਵਾਲੇ ਵੀ ਗਾਉਣੇ ਆ, ਦਿਵਾਣੇ ਵੀ ਗਾਉਣੇ ਆ, ਹਰ ਤਰ੍ਹਾਂ ਦੇ ਗਾਣੇ। ਪਰ ਇੱਕ ਜੋ ਜ਼ਿੰਮੇਵਾਰੀ ਹੈ ਕਿ ਨਾਮ ਬਣਨ ਤੋਂ ਬਾਅਦ ਜਿਹੜੇ ਕਲਚਰ ਤੋਂ ਜਿਹੜੀ ਬੋਲੀ ਤੋਂ ਪੈਸਾ ਕਮਾ ਰਹੇ ਹਾਂ, ਉਸ ਦੁੱਖ ਦਰਦ ਲਈ, ਉਸ ਦੇਸ਼ ਲਈ, ਉਸ ਬੋਲੀ ਲਈ, ਉਹਨਾਂ ਲੋਕਾਂ ਲਈ ਇੱਕ ਅੱਧਾ ਗਾਣਾ ਜ਼ਰੂਰ ਗਾਉਂਦੇ ਰਹੀਏ। ਤਾਂ ਮੈਂ ਸਟੈਪ ਬਾਈ ਸਟੈਪ, ਮੇਰੇ ਕੋਲ ਹੁਣੇ ਗਾਣਾ ਪਹੁੰਚਿਆ ਸੀ ਕੁਛ, ਜੋ ਪੰਜਾਬ ਦੇ ਹਾਲਾਤ ਨੇ, ਕਿ ਮਹਿਕ ਵਿਹੋਣੇ ਹੋ ਗਏ ਨੇ ਪੱਤਰ ਗੁਲਾਬ ਦੇ, ਚਿੱਟਾ ਪੀ ਪੀ ਕਾਲੇ ਪੈ ਗਏ ਗੱਭਰੂ ਪੰਜਾਬ ਦੇ। ਦੋਸਤੋ, ਵਤਨ ਟੀ ਵੀ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰ ਰਹੇ ਹਾਂ ਗੀਤਕਾਰ ਅਤੇ ਗਾਇਕ ਰਾਜ ਬਰਾੜ ਹੋਣਾਂ ਦੇ ਨਾਲ, ਆਪਣੀ ਜ਼ਿੰਦਗੀ ਦੀਆਂ ਕੁਝ ਕਹਾਣੀਆਂ, ਕੁਝ ਕੌੜੇ ਸੱਚ ਤੁਹਾਡੇ ਨਾਲ ਸਾਂਝੇ ਕਰ ਰਹੇ ਨੇ। ਅਤੇ ਇਹ ਪਹਿਲਾਂ ਤਾਂ ਪਰਫੋਰਮ ਕਰਨ ਆਉਂਦੇ ਸੀ ਕੈਨੇਡਾ ਦੇ ਵਿੱਚ, ਆਪਣੇ ਲਿਖੇ ਹੋਏ ਗੀਤ ਗਾਉਣ ਆਉਂਦੇ ਸੀ ਪੂਰੇ ਕੈਨੇਡਾ ਦੇ ਵਿੱਚ ਜਾਂ ਪੂਰੀ ਦੁਨੀਆ ਭਰ ਦੇ ਵਿੱਚ। ਇਸ ਵਾਰ ਇੱਕ ਸੁਨੇਹਾ ਲੈ ਕੇ ਆਏ ਨੇ, ਅਤੇ ਬਹੁਤ ਹੀ ਵਧੀਆ ਸੁਨੇਹਾ ਤੁਹਾਡੇ ਨਾਲ ਇਹਨਾਂ ਨੇ ਸਾਂਝਾ ਵੀ ਕੀਤਾ। ਹੋਰ ਗੱਲਾਂ ਬਾਤਾਂ ਕਰਦੇ ਹਾਂ। ਹਾਂਜੀ ਬਰਾੜ ਸਾਹਿਬ, ਇਹ ਜਿਹੜਾ ਸੁਨੇਹਾ ਤੁਸੀਂ ਲੈ ਕੇ ਆਏ ਹੋ, ਘਰ ਘਰ ਤੱਕ ਪਹੁੰਚਾ ਰਹੇ ਹੋ, ਇਹਦੇ ਬਾਰੇ ਹੋਰ ਕੀ ਕਹਿਣਾ ਚਾਹੁੰਦੇ ਹੋ? ਇਹਦੇ ਬਾਰੇ, ਕਿਉਂਕਿ ਸੁਨੇਹਾ ਮੈਂ ਜਦੋਂ ਇੰਡੀਆ ਤੋਂ ਚੱਲਿਆ ਸੀ ਉਦੋਂ ਮੇਰੇ ਦਿਮਾਗ 'ਚ ਨਹੀਂ ਸੀ, ਕਿਉਂਕਿ ਮੈਂ ਆਪਣੀ ਲਾਈਫ ਸਟੋਰੀ ਆਪਣੇ ਦੋਸਤਾਂ ਦੇ ਕਹਿਣ 'ਤੇ ਸਾਂਝੀ ਕੀਤੀ ਸੀ, ਸ਼ਾਇਦ ਕਿਸੇ ਦੇ ਕੰਮ ਆ ਜੇ, ਵੀ ਪਤਾ ਨਹੀਂ ਕੋਈ ਸੱਚ ਜਾਣੇ ਜਾਂ ਨਾ ਜਾਣੇ। ਪਰ ਇੱਥੇ ਮੈਨੂੰ ਇੱਕ ਆਉਣ ਤੋਂ ਬਾਅਦ ਲੱਗਿਆ ਕਿ ਇੱਕ ਧਰਤੀ ਲੱਭੀ ਹੈ, ਕੈਨੇਡਾ ਦੀ ਮਿਲੀ ਹੈ, ਜਿੱਥੇ ਸੱਚ ਦਾ ਮੁੱਲ ਪੈਂਦਾ ਹੈ। ਇੱਥੇ ਕੁਛ ਦਿਲ ਨੇ ਜਿਨ੍ਹਾਂ ਵਿੱਚ ਸੱਚ ਲਈ ਜਗ੍ਹਾ ਹੈ। ਤਾਂ ਮੈਂ ਉਸ ਨੂੰ ਫਿਰ ਸੁਨੇਹਾ ਬਣਾ ਕੇ ਹੀ ਅੱਗੇ ਤੋਰਿਆ। ਕੋਈ ਪਰਫੋਰਮੈਂਸ ਤਾਂ ਅਸੀਂ ਕਰਦੇ ਹੀ ਰਹਿੰਦੇ ਹਾਂ। ਇਸ ਟਾਈਮ ਮੈਂ ਤਾਂ ਮੈਂ ਉੱਥੇ ਜਾ ਰਿਹਾ ਜਿੱਥੇ ਕੋਈ ਕਹਿ ਰਿਹਾ ਕਿ ਆ ਜਾ ਯਾਰ, ਹਾਜ਼ਰੀ ਲਾ ਜਾ, ਮਿਲ ਜਾ। ਅਤੇ ਮੈਂ ਉਸ ਸੁਨੇਹੇ ਨੂੰ ਇਹਨਾਂ ਹਾਜ਼ਰੀਆਂ ਜ਼ਰੀਏ ਹੀ ਅੱਗੇ ਵਧਾ ਰਹੇ ਹਾਂ। ਅਤੇ ਬਾਕੀ ਸਿੰਗਰ ਹੈ ਤਾਂ ਗਾਇਕ ਹੀ ਹੈ, ਜਾਂ ਰਾਈਟਰ ਲਾ ਲਓ। ਜਦੋਂ ਮਾਈਕ ਹੱਥ 'ਚ ਆ ਗਿਆ ਫਿਰ ਗਾਉਣੋਂ ਨਹੀਂ ਰਹਿ ਜਾਂਦਾ। ਅਤੇ ਕਿਉਂਕਿ ਹੁਣ ਮੈਂ ਵੀ ਬਹੁਤ ਚਿਰ ਚੁੱਪ ਰਹਿ ਲਿਆ, ਉਦਾਸ ਰਹਿ ਕੇ ਦੇਖ ਲਿਆ, ਤਾਂ ਮੇਰਾ ਵੀ ਜੀ ਕਰਦਾ ਹੱਸਣ ਖੇਡਣ ਗਾਉਣ ਨੂੰ। ਅਤੇ ਸੁਨੇਹੇ ਦੇ ਨਾਲ ਇੱਕ ਸੁਨੇਹਾ ਹੱਸ ਖੇਡ ਕੇ ਹੀ ਦਿੱਤਾ ਜਾਵੇ ਤਾਂ ਹੀ ਠੀਕ ਹੈ। ਬਹੁਤ ਬਹੁਤ ਧੰਨਵਾਦ ਬਰਾੜ ਸਾਹਿਬ, ਤੁਸੀਂ ਨੇ ਆਪਣੇ ਦਿਲ ਦੀਆਂ ਗੱਲਾਂ ਸਾਡੇ ਦਰਸ਼ਕਾਂ ਦੇ ਨਾਲ ਸਾਂਝੀਆਂ ਕੀਤੀਆਂ ਨੇ, ਇੱਕ ਸੁਨੇਹਾ ਸਾਡੇ ਦਰਸ਼ਕਾਂ ਨੂੰ ਵੀ ਦੇਣ ਦੀ ਕੋਸ਼ਿਸ਼ ਕੀਤੀ ਆ। ਉਮੀਦ ਹੈ ਅੱਜ ਦੀ ਜਿਹੜੀ ਗੱਲਬਾਤ ਹੈ ਸਾਡੇ ਦਰਸ਼ਕ ਪਸੰਦ ਕਰਨਗੇ। ਹੋਰ ਵਤਨ ਟੀ ਵੀ ਪ੍ਰੋਗਰਾਮ ਦੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਬਸ ਕਿਹੇ ਜ਼ਮਾਨੇ ਆ ਗਏ, ਲੱਗਦਾ ਰੱਬ ਨੂੰ ਵੀ ਨਹੀਂ ਸਾਰ, ਬਈ ਲੋੜਾ ਹੀ ਲੋੜਾ, ਇਸ ਨਫ਼ਰਤ ਦੀ ਦੁਨੀਆਂ ਦੇ ਵਿੱਚ ਜਿੰਨਾ ਵੰਡੋ ਪਿਆਰ, ਬਈ ਥੋੜ੍ਹਾ ਹੀ ਥੋੜ੍ਹਾ, ਥੋੜ੍ਹਾ ਹੀ ਥੋੜ੍ਹਾ। ਵਾਹਿਗੁਰੂ ਪਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ, ਨਹੀਂ ਤਾਂ ਇੰਨੇ ਮੌਕੇ ਕਿਸੇ ਨੂੰ ਦਿੰਦਾ ਨਹੀਂ। ਕਿਸਮਤ ਜਾਂ ਮੇਰੇ ਚਾਹੁਣ ਵਾਲੇ ਦੋਸਤ ਮਿੱਤਰ, ਮੇਰੇ ਰਿਸ਼ਤੇਦਾਰ ਸਭ ਦਾ ਸ਼ੁਕਰਗੁਜ਼ਾਰ ਹਾਂ, ਇਸੇ ਤਰ੍ਹਾਂ ਸਾਥ ਬਣਾਈ ਰੱਖਣ, ਤਾਂ ਮੈਂ ਉਹਨਾਂ ਦੀ ਆਸ 'ਤੇ ਖਰਾ ਉਤਰਦਾ ਰਹਾਂ।